ਚੱਲ ਸਾਰਿਆਂ ਦਾ ਤੇ ਮੈਂ ਤੁਹਾਡਾ ਆਪਦਾ ਜੇ ਰਾਮ ਗੜੀਆ। ਸੋ ਆਪਾਂ ਚੱਲੇ ਹਾਂ ਜੀ ਏਅਰਪੋਰਟ ਨੂੰ ਵੀਰ ਭਾਜੀ ਨੂੰ ਲੈਣ। ਜਨਾਬ ਹੋਣੀ ਪੂਰੇ ਛੁੱਟੀਆਂ ਕੱਟ ਕੇ ਨਿਊ ਈਅਰ ਮਨਾ ਕੇ ਗੇੜੀ ਛੇੜੀ ਮਾਰ ਕੇ ਮੌਜ ਮਸਤੀ ਕਰਕੇ ਅਤੇ ਯੂਕੇ ਤੋਂ ਆ ਚੁੱਕੇ ਨੇ ਅਤੇ ਬਸ ਥੋੜ੍ਹੀ ਦੇਰ 'ਚ ਉਹਨਾਂ ਦੀ ਫਲਾਈਟ ਅਰਾਈਵ ਦੇ ਵਿੱਚ ਅਤੇ ਲੇਓਵਰ ਸੀਗਾ ਭਰਾ ਦਾ ਦਿੱਲੀ। 9.5 ਘੰਟੇ ਦਾ ਲੇਓਵਰ, ਠੀਕ ਹੈ ਜੀ। 9.5 ਘੰਟੇ ਭਰਾ ਨੇ ਦਿੱਲੀ ਵੇਟ ਕੀਤੀ ਆ ਅਤੇ ਉਹ ਤੋਂ ਬਾਅਦ ਸਿੱਧਾ ਅੰਮ੍ਰਿਤਸਰ। ਸੋ ਹੁਣ ਟਾਈਮ ਹੋ ਚੁੱਕਿਆ ਜੀ 9:15 ਅਤੇ ਅਪਰੋਕਸੀਮੇਟਲੀ ਜਿਹੜਾ ਟਾਈਮ ਸੀ ਔਨ ਟਾਈਮ ਹੀ ਸੀਗੀ ਫਲਾਈਟ, 9:20 ਤੇ ਸੀਗੀ ਵੈਸੇ, ਫਿਰ ਉਹ ਹੋ ਕੇ 9:11 ਤੇ ਹੋ ਗਈ ਆ ਅਤੇ 9:11 ਹੋ ਚੁੱਕੇ ਆ ਤਾਂ ਉਸ ਅਕੋਰਡਿੰਗਲੀ ਫਲਾਈਟ ਏਅਰਪੋਰਟ 'ਤੇ ਪਹੁੰਚ ਜਾਣੀ ਚਾਹੀਦੀ ਆ। ਸੋ ਵੈਦਰ ਦੇ ਅਕੋਰਡਿੰਗ ਥੋੜ੍ਹਾ ਬਹੁਤ ਅਪ ਡਾਊਨ ਹੋ ਸਕਦਾ ਹੈ ਅਤੇ ਮੈਂ ਉਸ ਹਿਸਾਬ ਨਾਲ ਨਿਕਲਿਆ, ਬਿਲਕੁਲ ਲਾਗੇ ਸੀਗਾ ਏਅਰਪੋਰਟ ਦੇ ਆਪਣੇ ਔਫਿਸ ਅਤੇ ਚੱਲਦੇ ਹਾਂ ਜੀ। ਅਤੇ ਉੱਧਰ ਤੋਂ ਪਹਿਲਾਂ ਤੁਹਾਨੂੰ ਕੁਛ ਇਨਫੋਰਮੇਸ਼ਨ ਦੇ ਰਿਹਾ ਮੈਂ ਕਿ ਮੈਂ ਨਾ ਰੀਸੈਂਟਲੀ ਕੀ ਕਰ ਰਿਹਾ ਵਾਂ, ਬਿਜ਼ਨਸ ਦੇ ਰਿਲੇਟਡ ਸ਼ੋਰਟਸ ਵੀਡੀਓ ਅਤੇ ਸਨੈਪਚੈਟ ਦੇ ਉੱਤੇ ਹਰ ਇੱਕ ਸੀਰੀਜ਼ ਚਲਾਈ ਹੋਈ ਹੈ ਮੈਂ, ਠੀਕ ਹੈ, ਇੰਸਟਾਗ੍ਰਾਮ ਦੇ ਉੱਤੇ ਵੀ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਸਨੈਪਚੈਟ ਇੰਸਟਾਗ੍ਰਾਮ ਸਭ ਕੁਛ ਹੈ ਜੀ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਅਗਰ ਕਿਸੇ ਨੂੰ ਵੀ ਬਿਜ਼ਨਸ ਦੇ ਰਿਲੇਟਡ ਕੁਛ ਵੀ ਕੁਆਰੀਜ਼ ਹੋਵੇ, ਲਾਈਕ ਗੂਗਲ ਐਡਵਰਟਾਈਜ਼ਿੰਗ ਦੇ ਰਿਲੇਟਡ, ਯੂਟਿਊਬ ਐਡਵਰਟਾਈਜ਼ਿੰਗ ਦੇ ਰਿਲੇਟਡ, ਸਨੈਪਚੈਟ ਐਡਵਰਟਾਈਜ਼ਿੰਗ ਦੇ ਰਿਲੇਟਡ, ਸਪੋਟੀਫਾਈ ਐਡਵਰਟਾਈਜ਼ਿੰਗ ਦੇ ਰਿਲੇਟਡ, ਐਨੀਥਿੰਗ ਐਲਸ, ਮਤਲਬ ਐਨੀਥਿੰਗ, ਮਤਲਬ ਇਫ ਸਮਵਨ ਵਾਂਟ ਹਾਊ ਟੂ ਇਨਕਰੀਜ਼ ਲੀਡ, ਸਮਵਨ ਵਾਂਟ ਹਾਊ ਟੂ ਇਨਕਰੀਜ਼ ਅ ਸੇਲ, ਠੀਕ ਹੈ, ਜਾਂ ਹਾਊ ਟੂ ਇਨਕਰੀਜ਼ ਏ ਬਿਜ਼ਨਸ, ਠੀਕ ਹੈ ਜੀ, ਟਰਨ ਓਵਰ। ਸੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਕੰਟੈਕਟ, ਠੀਕ ਹੈ ਜੀ, ਤਾਂ ਮੈਂ ਤੁਹਾਡੀ ਪੂਰੀ ਹੈਲਪ ਕਰਾਂਗਾ। ਲਾਈਕ ਅਗਰ ਦੇਸੀ ਲੈਂਗੁਏਜ 'ਚ ਕਿਹਾ ਜਾਵੇ ਤਾਂ ਡਿਜੀਟਲੀ ਮਾਰਕੀਟਿੰਗ ਦੇ ਰਿਲੇਟਡ, ਠੀਕ ਹੈ ਜੀ, ਤੁਹਾਡੀ ਪੂਰੀ ਹੈਲਪ ਕੀਤੀ ਜਾਏਗੀ, ਠੀਕ ਹੈ। ਤੁਸੀਂ ਕਮੈਂਟ ਕਰ ਸਕਦੇ ਹੋ, ਅਸੀਂ ਕੰਟੈਕਟ ਕਰਾਂਗੇ ਆਪਸ 'ਚ, ਮੈਂ ਤੁਹਾਨੂੰ ਰਿਪਲਾਈ ਕਰਾਂਗਾ, ਆਪਣਾ ਕੰਟੈਕਟ ਨੰਬਰ ਛੱਡ ਸਕਦੇ ਹੋ ਤੁਸੀਂ, ਠੀਕ ਹੈ ਜੀ। ਅਤੇ ਇਹ ਵੀਡੀਓ ਵੈਸੇ ਤਾਂ ਸੀਨੀਅਰਸ ਵਾਸਤੇ ਹੀ ਹੋਏਗੀ, ਠੀਕ ਹੈ, ਥੋੜ੍ਹਾ ਜਿਹਾ ਮਨੋਰੰਜਨ ਵਾਸਤੇ, ਬੱਚਿਆਂ ਵਾਸਤੇ ਵੀ ਆ। ਸੋ ਅਗਰ ਕਿਸੇ ਨੂੰ ਵੀ ਰਿਲੇਟਡ ਟੂ ਬਿਜ਼ਨਸ, ਰਿਲੇਟਡ ਟੂ BDM ਇਨਕੁਆਇਰੀ ਆ, ਤਾਂ ਉਹ ਵੀਡੀਓ ਉਹਨੂੰ ਸ਼ੇਅਰ ਕਰੋ ਜੀ, ਅੱਗੇ ਪਹੁੰਚਾਓ ਵੀਡੀਓ, ਠੀਕ ਹੈ ਜੀ। ਸੋ ਚੱਲਦੇ ਹਾਂ ਜੀ, ਆਪਾਂ ਹੁਣ ਪਹੁੰਚ ਚੁੱਕੇ ਹਾਂ ਜੀ ਬਾਈਪਾਸ ਦੇ ਉੱਤੇ, ਦੇਖੋ ਜੀ, ਠੀਕ ਹੈ ਜੀ, ਹੁਣ ਜਾ ਰਹੇ ਹਾਂ ਭਰਾ ਨੂੰ ਲੈਣ ਅਤੇ ਨਾਲੇ ਪੁੱਛਦੇ ਹਾਂ ਕਿ ਮੇਰੇ ਲਈ ਕੀ ਲੈ ਕੇ ਆਇਆ ਹੈ। ਉੱਦਾਂ ਉਹਨੇ ਇੱਕ ਵਲੋਗ ਪਾਇਆ ਜਿਸ 'ਚ ਕਿਹਾ ਕਿ ਸੂਟ ਮਿਲ ਗਿਆ ਵਾ ਭੈਣ ਅਤੇ ਸਿਸਟਰ, ਉਹਦੇ ਸਿਸਟਰ ਅਤੇ ਮਤਲਬ ਕਿ ਮੰਮਾ ਵਾਸਤੇ ਅਤੇ ਭਰਾ ਵਾਸਤੇ, ਹੈਂ ਵੱਡਾ ਭਰਾ, ਉਹਦੇ ਲਈ ਕੀ ਲਿਆਇਆ, ਪੁੱਛਦਾ ਜਾ ਕੇ ਉਹਨੂੰ। ਹਾਂਜੀ, ਅਤੇ ਮੈਂ ਪਹੁੰਚ ਗਿਆ ਸੀ ਬਾਹਰ, ਵੇਟ ਕਰ ਰਿਹਾ, ਟਾਈਮ ਹੋ ਗਿਆ ਜੀ 9:44, 9:45 ਹੋ ਗਿਆ, ਅਤੇ ਹੁਣੇ ਵੀਰ ਦਾ ਵੀ ਫੋਨ ਆਇਆ ਸੀਗਾ ਅਤੇ ਕਹਿੰਦਾ ਕਿ ਮੈਂ ਫਲਾਈਟ 'ਚ ਹੁਣੇ ਹੀ, ਮਤਲਬ ਕਹਿੰਦਾ ਮੈਂ ਨਿਕਲਿਆ ਹੀ ਹਾਂ ਅਤੇ ਤੈਨੂੰ ਮੈਂ ਕੋਲ ਕਰਦਾ ਹਾਂ, ਕਿਉਂਕਿ ਯਾਰ ਅੰਦਰ ਜਾ ਕੇ ਨਾ ਪਾਰਕਿੰਗ ਦੇ ਚਾਰਜਸ ਬੜੇ ਆ, ਫਿਰ ਉਹ ਉੱਧਰ ਪਰਲੇ ਪਾਸੇ ਪਾਰਕਿੰਗ ਲਾਉਣੀ ਪੈਂਦੀ ਹੈ। ਮੈਂ ਉਹਨੂੰ ਕਿਹਾ ਬਾਹਰ ਆ ਜਾ, ਮੈਂ ਗੱਡੀ ਲਿਆਵਾਂਗਾ, ਸੋ ਤੈਨੂੰ ਬਾਹਲ ਆ ਗਏ ਅਤੇ ਵੇਟ ਕਰਦੇ ਪਏ ਹਾਂ, ਹੁਣੇ ਜਿਵੇਂ ਉਹਦੀ ਕੋਲ ਆਉਂਦੀ ਹੈ ਅਤੇ ਆਪਾਂ ਚੱਲਦੇ ਹਾਂ ਜੀ। ਲਓ ਜੀ, ਏਅਰਪੋਰਟ 'ਤੇ ਗਏ ਹਾਂ ਅਸੀਂ ਪਹੁੰਚ, ਅਤੇ ਹੁਣ ਭਰਾ ਨੂੰ ਲੱਭੀਏ ਅਤੇ ਚੱਕੀਏ ਅਤੇ ਬਿਠਾਈਏ, ਦੇਖ ਦਿਓ ਕਿੱਥੇ ਦਿਖਦਾ ਤੁਹਾਨੂੰ ਸਾਡਾ ਭਰਾ, ਭਰਾ ਭਰਾ, ਵੇਖੋ ਜੀ, ਵੇਖੋ ਵੇਖੋ ਜੀ, ਵੇਖੋ ਵੇਖੋ ਕਿੱਥੇ ਦਿਖਦਾ, ਆਪਾਂ ਕਰਦੇ ਹਾਂ 2 ਮਿੰਟ ਲਾਉਂਦੇ ਹਾਂ ਇੱਥੇ ਗੱਡੀ, ਇੱਥੇ ਲਾਉਂਦੇ 2 ਮਿੰਟ ਗੱਡੀ ਅਤੇ ਲੱਭਦੇ ਹਾਂ ਕਿੱਥੇ ਆ ਭਰਾ, ਫੋਨ ਕਰੀਏ ਭਰਾ ਨੂੰ।
ਔਰ ਇਹ ਪਿੱਛੇ ਹਾਂ ਮਿਲ ਗਿਆ, ਮਿਲ ਗਿਆ ਭਰਾ ਸਾਡਾ। ਆਏ ਰੱਬਾ, ਸਤਿ ਸ਼੍ਰੀ ਅਕਾਲ ਭਾਜੀ, ਜ਼ਿਆਦਾ ਭਾਰ ਤਾਂ ਨਹੀਂ ਆ? ਹੈਲੋ ਜੀ, ਮੈਂ ਕਿਹਾ ਪਛਾਣਿਆ ਕਿਉਂ ਨਹੀਂ ਜਾ ਰਿਹਾ? ਏਅਰਪੋਰਟ 'ਤੇ ਥੱਕ ਤਾਂ ਨਹੀਂ ਗਏ ਜਨਾਬ ਜੀ? ਔਰ ਕਿੱਦਾਂ ਥੱਕ ਗਏ, 30-31 ਘੰਟੇ ਮੈਂ ਆਇਆ, 9-9.5 ਘੰਟੇ ਤੇ ਤੇਰਾ ਉੱਥੇ ਹੀ ਆ ਲਿਓ ਵਰਣਾ। ਹਾਂਜੀ, ਅਤੇ ਕੀ ਹਾਲ ਚਾਲ ਸਾਰਿਆਂ ਦਾ? ਅਤੇ ਲਓ ਜੀ, ਤੁਹਾਡੇ ਵੀਰ ਰਾਮ ਗੜੀਏ ਨੂੰ ਲੈ ਆਏ ਹਾਂ ਆਪਾਂ ਇੰਡੀਆ, ਠੀਕ ਹੈ? ਅਤੇ ਵੇਖੋ ਸ਼ਕਲ ਵੇਖੋ ਭਰਾ ਦੀ, ਥੱਕਿਆ ਹੋਇਆ ਵਿਚਾਰਾ, ਮੈਨੂੰ ਆਪ ਵੇਖ ਕੇ ਤਰਸ ਆ ਗਿਆ ਯਾਰ। ਫਿਰ ਵੀ ਹੁੰਦਾ ਹੀ ਆ ਬੰਦਾ, ਕਹਿੰਦੇ 16-17 ਘੰਟੇ ਕੰਟੀਨਿਊ ਨਾ, 31 ਘੰਟੇ ਹਾਫ ਕਹਿਤਾ ਮੈਂ, ਠੀਕ ਹੈ? ਇੰਡੀਆ ਦੇ 5 ਵਜੇ ਮੈਂ ਉੱਥੋਂ ਘਰੋਂ ਨਿਕਲਿਆ ਵਾਂ, ਕੋਚ ਲੈ ਕੇ ਬੱਸ ਫੜ ਕੇ 3.5 ਘੰਟੇ ਏਅਰਪੋਰਟ ਪਹੁੰਚਿਆ ਵਾਂ, ਫਿਰ ਏਅਰਪੋਰਟ ਤੋਂ ਇੱਦਾਂ ਫਲਾਈਟ ਫੜੀ ਆ, ਮਤਲਬ ਹੁਣ 10:30 ਵੱਜ ਗਏ ਆ, ਅਤੇ ਉਹੀ 31 ਘੰਟੇ ਉਹ ਤੋਂ, ਮਤਲਬ ਕਿ ਟਾਈਮ ਜ਼ੋਨ ਵੀ ਚੇਂਜ ਹੋਇਆ, ਠੀਕ ਹੈ? ਕਿੱਥੇ GMT ਤੋਂ ਇੱਥੇ ISTE ਹੋਇਆ, ਅਤੇ 5 ਘੰਟਿਆਂ ਦਾ ਫਰਕ ਪਿਆ ਨਾਲ ਦੀ ਨਾਲ ਹੀ, ਹੈ ਨਾ? ਜੈਟ ਲੈਗ ਹੋਇਆ, ਹਾਂ ਸਰ, ਬੁਰਾ ਹਾਲ ਹੋਇਆ ਭਰਾ ਦਾ। ਮੈਨੂੰ ਤਾਂ ਐਂ ਲੱਗ ਰਿਹਾ ਕਿ ਇੱਥੇ ਹੁਣ ਸਵੇਰ ਹੋ ਰਹੀ ਨਾ, ਹੁਣ ਸਵੇਰ ਹੋ ਰਹੀ ਆ, ਠੀਕ ਹੈ? ਉੱਥੇ ਸਵੇਰ ਹੋ ਜਾਂਦੀ ਹੈ ਇਸ ਵੇਲੇ, ਹੈ ਨਾ? ਇਸ ਵੇਲੇ ਜਨਾਬ ਹੋਣੀ, ਬਸ ਕਿ ਉੱਠਿਆ ਹੀ ਆ ਜਸਟ ਹੁਣੇ ਮੈਂ। ਸੋ ਲੈਂਦਾ ਜੀ, ਅਤੇ ਸਾਰੇ ਕਹਿ ਰਹੇ ਸੀਗੇ, ਕਮੈਂਟ ਆ ਰਹੇ ਸੀਗੇ ਵੀ ਕਿੱਥੇ ਕਦੋਂ ਆਉਣਾ ਇੰਡੀਆ, ਕਦੋਂ ਆਉਣਾ ਇੰਡੀਆ, ਹੈ ਨਾ? ਆ ਗਿਆ ਲੋਹੜੀ 'ਤੇ ਵਾਪਸ, ਅਤੇ ਹੋਪ ਆ, ਮੈਂ ਪੁੱਛਿਆ ਸੀਗਾ, ਮੈਂ ਕਿਹਾ ਲੋਹੜੀ ਦਾ ਕੀ ਆ, ਅਤੇ ਇਹ ਵੀ ਸਰਪ੍ਰਾਈਜ਼ ਹੋ ਸਕਦਾ ਵਾ, ਤੁਹਾਨੂੰ ਪਤਾ ਵੀਰ ਦੇ ਦਿਮਾਗ ਦਾ ਅਤੇ ਖੁਰਾਫਾਤੀ ਆਈਡੀਆ ਦਾ। ਹਾਲੇ 2 ਦਿਨ ਸਿਰਫ ਸੋਣਾ ਹੈ, ਬਹੁਤ ਜ਼ਿਆਦਾ, ਸਿਰਫ ਮੈਂ 3 ਘੰਟੇ ਸੁੱਤਾ, 31 ਘੰਟੇ। ਸੋ ਲੇ ਲੇ ਓਵਰ ਵੀ ਕਾਫੀ ਵੱਡਾ, ਪਤਾ ਟਾਈਮ 'ਚ ਦਿੱਲੀ ਆ ਕੇ ਵੀ 9.5 ਘੰਟੇ ਵੈਸੇ ਹੀ ਬੈਠੇ ਰਹਿਣਾ, ਠੀਕ ਹੈ? ਦੇਖਣ 'ਚ ਲੱਗਦਾ ਕਿ ਬੜਾ ਵਧੀਆ ਯਾਰ, ਜਹਾਜ਼ ਘੁੰਮ ਰਹੇ, ਬੱਸਾਂ ਘੁੰਮ ਰਹੇ, ਪਰ ਨਹੀਂ ਆ, ਜਦੋਂ ਤੁਸੀਂ 1-2 ਵਾਰੀ ਘੁੰਮ ਲੱਗੇ ਨਾ, ਫਿਰ ਤੁਹਾਨੂੰ ਪਤਾ ਲੱਗੂਗਾ ਯਾਰ। ਕਹੋਗੇ ਤੁਸੀਂ ਕਿ ਜਹਾਜ਼ ਨਾਲੋਂ ਬੱਸ ਜ਼ਿਆਦਾ ਵਧੀਆ, ਹਾਂ ਸਭ ਤੋਂ ਵਧੀਆ, ਠੀਕ ਹੈ? ਉੱਥੇ ਧੋਣ ਵੀ ਅੱਧਾ ਰੱਖਣੀ ਪੈਂਦੀ ਆ, ਜਹਾਜ਼ ਨਾਲੋਂ, ਹਾਂ। ਚਲੋ ਠੀਕ ਹੈ ਜੀ, ਸੋ ਕਰੋ ਜੀ ਇਸ ਵੀਡੀਓ ਨੂੰ ਇੰਜੋਏ, ਹੋਪ ਆ ਵਧੀਆ ਲੱਗੀ ਆ, ਅਤੇ ਬੜਿਆਂ ਨੇ ਕਿਹਾ ਸੀ ਵੀਰ 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 ਵੀਰ, ਅਤੇ ਆ ਲਓ ਜੀ ਵੀਰ ਵੀਰ ਵੱਲ ਵੇਖ ਲਓ। ਸੋ ਮਿਲਦੇ ਆ ਜੀ ਨੈਕਸਟ ਵੀਡੀਓ ਨੈਕਸਟ ਵਲੋਗ ਦੇ ਨਾਲ, ਅਤੇ ਹੋਪ ਆ ਨੈਕਸਟ ਵੀਡੀਓ ਜੋ ਨੈਕਸਟ ਵਲੋਗ ਆ ਲੋਹੜੀ ਦੇ ਰਿਲੇਟਡ ਹੋਏਗਾ, ਕਰਾਂਗੇ ਇੰਜੋਏਮੈਂਟ ਅਤੇ ਤੁਹਾਨੂੰ ਵੀ ਦਿਖਾਵਾਂਗੇ। ਟੇਕ ਕੇਅਰ ਜੀ, ਬਾਏ।